ਕੀ ਰਿਕਵਰੀ ਹੋਈ ਇਹਨਾਂ ਕੋਲ? ਤੇ ਦੋਸ਼ੀ ਫਿਰ ਦੋ ਫੜੇ ਜੀ ਅਸੀਂ ਉਹਨਾਂ ਕੋਲ ਇੱਕ ਆਟੋ ਨਾਲ 200 ਬੋਤਲ ਸ਼ਰਾਬ ਨਜਾਇਜ਼ ਅਤੇ ਇੱਕ ਬਾਅਦ ਦੋ ਨਾਲ ਮਾਰ ਲਿਆ ਕੇ ਬੱਤੇ ਦੂਜੇ ਕਿੱਥੋਂ ਕਿੱਥੋਂ ਰਿਕਵਰੀ ਹੋਈ ਹੈ ਜੀ? ਰਿਕਵਰੀ ਆਪਣੇ ਭਰਾਰੀ ਵਾਲ ਮੋੜ ਤੋਂ ਪਤਾਪੁਰ ਚੌਂਕੀ ਲਾਗੋਂ। ਅਤੇ ਕਿ ਉੱਥੇ ਸ਼ਰਾਬ ਵੇਚ ਰਹੇ ਸੀ? ਕਿ ਸ਼ਰਾਬ ਲਿਆ ਕੇ ਕਹਾਂ ਸਪਲਾਈ ਕਰਦੇ ਸ਼ਹਿਰ 'ਚ? ਕਿੱਥੇ ਸਪਲਾਈ ਕਰਨ ਜਾ ਰਹੇ ਸੀ ਜਿਹੜੀ ਮੌਕੇ 'ਤੇ ਸ਼ਰਾਬ ਫੜੀ ਆ ਉਸਦਾ ਕੁਛ ਪਤਾ ਚੱਲਿਆ? ਨਹੀਂ ਮੁਕਾ ਪਤਾ ਨਹੀਂ ਚੱਲਿਆ ਕੋਈ ਗੱਲ। ਕੀ ਪੁੱਛਗਿਛ 'ਚ ਹੁਣ ਤੱਕ ਕੀ ਸਾਹਮਣੇ ਆਇਆ ਇਹਨਾਂ ਕੋਲ? ਇਹਨਾਂ ਪੁੱਛਗਿਛ ਵਿੱਚ ਦੱਸਿਆ ਵੀ ਇੱਥੋਂ ਸ਼ਰਾਬ ਲੈ ਕੇ ਆਉਂਦੇ ਆ ਪਿੰਡ ਕਲਸੀਆਂ ਤੋਂ, ਸੁਖਵਿੰਦਰ ਸਿੰਘ ਉੱਥੋਂ ਲੈ ਕੇ ਆਉਂਦੇ, ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਉਹ ਵੀ ਪਤਾ ਇਹਨਾਂ ਤਿੰਨਾਂ ਪਹਿਲਾਂ ਮੁਕਦਮੇ ਦਰਜ ਹੈਗੇ ਸ਼ਰਾਬ ਦੇ। ਨਾਮ ਕੀ ਹੈ ਸਰ ਤਿੰਨਾਂ ਦੇ? ਇੱਕ ਦਾ ਨਾਮ ਹੈਗਾ ਜੀ ਸ਼ਮਸ਼ੇਰ ਸਿੰਘ ਸ਼ੇਰਾ, ਕਿੱਥੋਂ ਦਾ ਰਹਿਣ ਵਾਲਾ ਸਰ? ਇਹ ਪਿੰਡ ਜਗਤਪੁਰੇ ਦਾ। ਇੱਕ ਸੰਨੀ ਜੇ, ਇਹ ਪਿੰਡ ਘਰਾਲੇ ਦਾ। ਇੱਕ ਹੈਗਾ ਜੀ ਇਹ ਸੁਖਵਿੰਦਰ ਸਿੰਘ, ਇਹ ਪਿੰਡ ਕਲਸੀਆਂ ਦਾ। ਟੋਟਲ ਸਰ ਕਿੰਨੀ ਸ਼ਰਾਬ ਫੜੀ ਹੈ? ਇਹ ਟੋਟਲ ਹੈਗੀ 245 ਬੋਤਲ ਸ਼ਰਾਬ। ਕੰਮ ਕੀ ਕਰਦੇ ਸੀ? ਇਹ ਕੰਮ ਇਹੋ ਕਰਦੇ ਸ਼ਰਾਬ ਢਾਉਂਦੇ ਹੈ ਜੀ। ਪਹਿਲੇ ਵੀ ਮੁਕਦਮੇ ਦਰਜ? ਇਹਨਾਂ ਪਹਿਲੇ ਮੁਕਦਮੇ ਦਰਜ ਆ ਗਿਆ। ਹੁਣ ਕਾਬੂ ਕਿੰਨੇ ਕੀਤੇ ਗਏ ਦੋਸ਼ੀ ਤਿੰਨਾਂ 'ਚੋਂ? ਤਿੰਨੇ ਫੜ ਲਿਆ, ਤਿੰਨੋਂ ਕਾਬੂ ਕਰ ਲਏ। ਕੀ ਕਾਰਵਾਈ ਕੀਤੀ ਜਾ ਰਹੀ ਸਰ? ਹਾਂਜੀ ਕੋਈ ਕਾਗਜ਼ ਪੱਤਰ ਮੈਨੂੰ ਮਿਲ ਗਿਆ ਵਾ, ਜਿਸ 30 ਨੂੰ ਜੇਲ੍ਹ ਚੜ ਗਿਆ ਹੋਵੇ। ਦੋਸ਼ੀ ਫਿਰ ਦੋ ਫੜੇ ਜੀ ਅਸੀਂ ਉਹਨਾਂ ਕੋਲ ਇੱਕ ਆਟੋ ਨਾਲ 200 ਬੋਤਲ ਸ਼ਰਾਬ ਨਜਾਇਜ਼ ਅਤੇ ਇੱਕ ਬਾਅਦ ਦੋ ਨਾਲ ਮਾਰ ਲਿਆ ਕੇ ਬੱਤੇ ਦੂਜੇ। ਕਿੱਥੋਂ ਕਿੱਥੋਂ ਰਿਕਵਰੀ ਹੋਈ ਹੈ ਜੀ? ਰਿਕਵਰੀ ਆਪਣੇ ਭਰਾਰੀ ਵਾਲ ਮੋੜ ਤੋਂ ਪਤਾਪੁਰ ਚੌਂਕੀ ਲਾਗੋਂ। ਅਤੇ ਕਿ ਉੱਥੇ ਸ਼ਰਾਬ ਵੇਚ ਰਹੇ ਸੀ? ਕਿ ਸ਼ਰਾਬ ਲਿਆ ਕੇ ਕਹਾਂ ਸਪਲਾਈ ਕਰਦੇ ਸ਼ਹਿਰ 'ਚ? ਕਿੱਥੇ ਸਪਲਾਈ ਕਰਨ ਜਾ ਰਹੇ ਸੀ ਜਿਹੜੀ ਮੌਕੇ 'ਤੇ ਸ਼ਰਾਬ ਫੜੀ ਆ ਉਸਦਾ ਕੁਛ ਪਤਾ ਚੱਲਿਆ? ਨਹੀਂ ਮੁਕਾ ਪਤਾ ਨਹੀਂ ਚੱਲਿਆ ਕੋਈ ਗੱਲ। ਕੀ ਪੁੱਛਗਿਛ 'ਚ ਹੁਣ ਤੱਕ ਕੀ ਸਾਹਮਣੇ ਆਇਆ ਇਹਨਾਂ ਕੋਲ? ਇਹਨਾਂ ਪੁੱਛਗਿਛ ਵਿੱਚ ਦੱਸਿਆ ਵੀ ਇੱਥੋਂ ਸ਼ਰਾਬ ਲੈ ਕੇ ਆਉਂਦੇ ਆ ਪਿੰਡ ਕਲਸੀਆਂ ਤੋਂ, ਸੁਖਵਿੰਦਰ ਸਿੰਘ ਉੱਥੋਂ ਲੈ ਕੇ ਆਉਂਦੇ, ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਉਹ ਵੀ ਪਤਾ ਇਹਨਾਂ ਤਿੰਨਾਂ ਪਹਿਲਾਂ ਮੁਕਦਮੇ ਦਰਜ ਹੈਗੇ ਸ਼ਰਾਬ ਦੇ। ਨਾਮ ਕੀ ਹੈ ਸਰ ਤਿੰਨਾਂ ਦੇ? ਇੱਕ ਦਾ ਨਾਮ ਹੈਗਾ ਜੀ ਸ਼ਮਸ਼ੇਰ ਸਿੰਘ ਸ਼ੇਰਾ, ਕਿੱਥੋਂ ਦਾ ਰਹਿਣ ਵਾਲਾ ਸਰ? ਇਹ ਪਿੰਡ ਜਗਤਪੁਰੇ ਦਾ। ਇੱਕ ਸੰਨੀ ਜੇ, ਇਹ ਪਿੰਡ ਘਰਾਲੇ ਦਾ। ਇੱਕ ਹੈਗਾ ਜੀ ਇਹ ਸੁਖਵਿੰਦਰ ਸਿੰਘ, ਇਹ ਪਿੰਡ ਕਲਸੀਆਂ ਦਾ। ਟੋਟਲ ਸਰ ਕਿੰਨੀ ਸ਼ਰਾਬ ਫੜੀ ਹੈ ਜੀ? ਇਹ ਟੋਟਲ ਹੈਗੀ 245 ਬੋਤਲ ਸ਼ਰਾਬ। ਕੰਮ ਕੀ ਕਰਦੇ ਸੀ? ਇਹ ਕੰਮ ਇਹੋ ਕਰਦੇ ਸ਼ਰਾਬ ਢਾਉਂਦੇ ਹੈ ਜੀ। ਪਹਿਲੇ ਵੀ ਮੁਕਦਮੇ ਦਰਜ? ਇਹਨਾਂ ਪਹਿਲੇ ਮੁਕਦਮੇ ਦਰਜ ਆ ਗਿਆ। ਹੁਣ ਕਾਬੂ ਕਿੰਨੇ ਕੀਤੇ ਗਏ ਦੋਸ਼ੀ ਤਿੰਨਾਂ 'ਚੋਂ? ਤਿੰਨੇ ਫੜ ਲਿਆ, ਤਿੰਨੋਂ ਕਾਬੂ ਕਰ ਲਏ। ਕੀ ਕਾਰਵਾਈ ਕੀਤੀ ਜਾ ਰਹੀ ਸਰ? ਹਾਂਜੀ ਕੋਈ ਕਾਗਜ਼ ਪੱਤਰ ਮੈਨੂੰ ਮਿਲ ਗਿਆ ਵਾ, ਜਿਸ 30 ਨੂੰ ਜੇਲ੍ਹ 'ਚ ਚੜ ਗਿਆ ਹੋਵੇ।